जिन्हें भाई अमृतपाल सिंह नूं देख के अमृत छक लिया, अज गुरु का सिख बन गया। ये ओ वीर क्योंकि मेरी ना फैमिली एक्चुअली मेरी बाहर आ, मेरी सारी कनेडा दे विच, ते मैं कल्ला रहा सी घर च। मेरी संगत जिवें सीगी मुंडियां दे नाल सीगी बहनी उठनी, फिर जिवें दारू दुरू पी जानी जां कोई एवें गलत देखियां वीडियो देखियां, पर मैं हुण उहदा धन्नवाद करदा बहुत ज़्यादा, क्योंकि मेरी जिंदगी इन्नी कु ज़्यादा मेरी वधिया बन गई ना। हुण जदों अगे मैं हुंदा सीगा, अगे मैं कोल दी लंघ जाणा, मैनूं किसे नहीं कोई नहीं बुलाउंदा सीगा, ਅਤੇ ਇਹ ਜਾਣੀ ਅੰਬਰ ਛਕਣ ਨਾਲ ਮੇਰੀ ਇੰਨੀ ਕੁ ਇੱਜ਼ਤ ਬਣੀ ਆ, ਅਤੇ ਬਸ ਮੈਂ ਹੁਣ ਅੰਮ੍ਰਿਤਪਾਲ ਵੀਰ ਜੀ ਦਾ ਕੀ ਦੇਣ ਦੇ ਸਕਦਾ ਵਾਂ। ਮੈਂ ਤਾਂ ਬਾਦੀ ਜ਼ਿੰਦਗੀ ਵੀ ਲੇਖੇ ਲੱਦ ਕੇ ਪਾਉਂਦੀ ਉਹਦੇ ਨਾਲ, ਮੈਂ ਉਹ ਫਿਰ ਵੀ ਨਹੀਂ ਕਰਜ਼ ਤਾਰ ਸਕਦਾ। ਇਹਦੀ ਗੱਲ ਮੇਰੇ ਕੋਲ ਜਿਹੜੇ ਮੁੰਡੇ ਸੀ ਨਾ, ਜਿਹੜੇ ਮੇਰੇ ਯਾਰ ਦੋਸਤ ਸੀਗੇ, ਸਾਰੇ ਮੇਰੇ ਤੋਂ ਹੁਣ ਕੰਨੀ ਕਤਰਾ ਗਏ ਆ, ਜਿਹੜੇ ਗਲਤ ਸੀਗੇ। ਦੋਸਤਾਂ ਮਿੱਤਰਾਂ 'ਚ ਵੀ ਤਾਂ ਪ੍ਰਭਾਵ ਪਿਆ ਹੋਊਗਾ, ਹੋ ਸਕਦਾ ਉਹਨਾਂ ਦੇ ਘਰ ਦਾ ਵੀ ਕਹਿੰਦੇ ਹੁਣ ਵੀ ਦੇਖ ਭਾਈ ਤੁਹਾਡੇ ਨਾਲ ਦਾ ਮੁੰਡਾ ਸੀ ਅੰਮ੍ਰਿਤ ਛਕ ਲਿਆ, ਤੁਸੀਂ ਕਦੋਂ ਘਰ ਮੁੜੋਗੇ। ਦੱਸ ਦਿਓ ਕਿ ਤੁਹਾਡੇ ਘਰ ਦੇ ਬਾਹਰ ਰਹਿੰਦੇ ਨੇ, ਉਹਨਾਂ ਨੂੰ ਜਦੋਂ ਪਤਾ ਲੱਗੇ ਉਹ ਵੀ ਬੜੇ ਖੁਸ਼ ਹੋਏ ਹੋਣਗੇ। ਜੇ ਹੁਣ ਮੇਰਾ ਕੋਈ ਮਨ ਨਹੀਂ ਸੀ ਜਾਂ ਕੋਈ ਮੂਡ ਨਹੀਂ ਸੀ ਅੰਮ੍ਰਿਤ ਛਕਣ ਦਾ, ਲੂਕੰਡਾ ਖੜਾ ਹੋ ਜਾਂਦਾ ਸੀਗਾ ਕਿ ਉਹਦੀਆਂ ਇਹੋ ਜਿਹੀਆਂ ਉਹਦੀਆਂ ਸਪੀਚਾਂ ਸੁਣਦਾ ਸੀਗਾ, ਅਤੇ ਮੇਰਾ ਨਾ ਦਿਲ ਕਰਦਾ ਸੀ ਯਾਰ ਮੈਂ ਸਿੰਘ ਸਜਾਂ। ਅਤੇ ਜਦੋਂ ਮੈਂ ਆਪਦੇ ਕੈਨੇਡਾ 'ਚ ਕਾਲ ਕੀਤੀ, ਜਦੋਂ ਮੈਂ ਫਿਰ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਸਿੰਘ ਸਜਣ ਜਾ ਰਿਹਾ ਵਾਂ, ਪਹਿਲਾਂ ਉਹਨਾਂ ਨੇ ਸੱਚ ਨਹੀਂ ਮੰਨਿਆ ਸੀਗਾ ਕਿ ਨਹੀਂ ਤੂੰ ਝੂਠ ਬੋਲਦਾ ਪਿਆ। ਫਿਰ ਮੈਨੂੰ ਜਾਣੀ ਕਿਹਾ ਸੀ ਕਿ ਬਹੁਤ ਉਹਦੇ ਮੈਨੂੰ ਮਹਿਸੂਸ ਹੋ ਗਿਆ ਸੀਗਾ ਕਿ ਸੁਨਾਮ ਸਿੰਘ ਤੇਰੀ ਹੁਣ ਇੱਜ਼ਤ ਬਾਨੀ ਤੇਰੀ ਸ਼ੁਰੂ ਹੋ ਗਈ ਆ, ਕਿ ਜੀਵਨ ਤੇਰਾ ਬਦਲ ਗਿਆ ਵਾ। ਪਹਿਲੇ ਦਿਨ ਹੀ ਮਹਿਸੂਸ ਹੋ ਗਿਆ ਸੀ ਵੈਸੇ ਮੈਨੂੰ, ਜਦੋਂ ਮੈਂ ਸਿੰਘ ਸੱਜ ਕੇ ਆਇਆ ਸੀਗਾ। ਪਰ ਹਜੇ ਕਈ ਬੰਦੇ ਹੈਗੇ ਆ, ਕਈ ਅੰਮ੍ਰਿਤ ਛਕ ਕੇ ਵੀ ਮੈਨੂੰ ਹਜੇ ਕਈ ਬੰਦੇ ਪਏ, ਮੈਨੂੰ ਹਜੇ ਵੀ ਵੈਸੇ ਕਈ ਮਾੜਾ ਬੋਲਦੇ ਪਏ ਆ। ਇਮੇਜ ਕਿਹੋ ਜਿਹੀ ਅੰਮ੍ਰਿਤਪਾਲ ਸਿੰਘ ਦੀ? ਸੋ ਇਹੋ ਜਿਹੀ ਇਮੇਜ ਆ, ਇਸ ਤਰੀਕੇ ਗੁਰਦਾਸ ਸਿੰਘ ਬਣਾਉਂਦਾ, ਉਹ ਕੋਈ ਮਾੜੀ ਗੱਲ ਨਹੀਂ ਕਰਦਾ। ਇਹਨੇ ਕਹਿਣਾ ਮੈਂ 10 ਬੰਦੇ ਲੈ ਕੇ ਆਉਂਦਾ ਜਾਂ 20 ਨੌਜਵਾਨ ਲੈ ਕੇ ਲੜਾਈ ਦੇ ਅੱਗੇ ਆ ਜਾਂਦਾ ਸੀਗਾ, ਇੰਨਾ ਕੁ ਨਾਂ ਜਿਹੜਾ ਪਿੰਡ ਦੇ ਵਿੱਚ ਅਤੇ ਆਸੇ ਪਾਸੇ ਥੋੜ੍ਹੇ ਬਦਨਾਮ ਕਰਨ ਲੱਗ ਪਏ, ਜੀ ਇਹ ਸ਼ਰਾਰਤੀ ਆ, ਜੀ ਇਹ ਨਸ਼ਈ ਆ। ਕਹਿੰਦਾ ਬਾਬਾ ਜੀ ਮੈਂ ਤਾਂ ਅੰਮ੍ਰਿਤ ਛਕਣ ਚੱਲਿਆ। ਮੈਂ ਕਿਹਾ ਤੂੰ ਚੱਲਿਆ? ਕਹਿੰਦਾ ਹਾਂ ਮੈਂ ਤਾਂ ਚੱਲਿਆ। ਮੈਂ ਕਿਹਾ ਤੈਨੂੰ ਕਿਵੇਂ ਪਤਾ ਲੱਗ ਗਿਆ ਇਹ ਚੀਜ਼ ਦਾ? ਕਹਿੰਦਾ ਜੀ ਮੈਂ ਅੰਮ੍ਰਿਤਪਾਲ ਦੀ ਵੀਡੀਓ ਸੁਣੀ ਸੀ ਵੀ ਜਿਹੜੇ ਲੋਕ ਪਿੰਡ ਵਾਲੇ ਅਤੇ ਆਸੇ ਪਾਸੇ ਕੁਝ ਰਿਸ਼ਤੇਦਾਰ ਕਹਿੰਦੇ ਸੀ ਵੀ ਕੋਈ ਨਹੀਂ ਇਹਦਾ ਮਹੀਨਾ ਖੰਡਦੀ ਆ, ਦੋ ਮਹੀਨਿਆਂ ਨੂੰ ਵੀ ਇਹ ਜੇ ਬੰਦੇ ਲਾਹ ਦਿੰਦੇ ਉਹਨਾਂ ਜੀ ਅੰਮ੍ਰਿਤ ਨੂੰ ਬੇਬੁੱਕ ਹੋ ਜਾਣਗੇ, ਪਰ ਇਹਨੇ ਪੜ੍ਹਨ ਕਰ ਲਿਆ ਵੀ ਮੈਂ ਇਸ ਨੂੰ ਸਿਰੇ ਤੱਕ ਨਿਭਾ ਕੇ ਦੱਸੂੰਗਾ ਕਿ ਅੰਮ੍ਰਿਤਪਾਲ ਜਿੰਦਾਬਾਦ ਸੀ, ਜਿੰਦਾਬਾਦ ਹੈ, ਜਿੰਦਾਬਾਦ ਰਹੂਗਾ। ਸਵਾਗਤ ਹੈ ਜੀ ਫੈਕਟ ਨਿਊਜ਼ 'ਤੇ ਤਮਾਮ ਦਰਸ਼ਕਾਂ ਦਾ, ਮੈਂ ਤੁਹਾਡੇ ਨਾਲ ਮਨਪ੍ਰੀਤ ਗਿੱਲ। ਅੰਮ੍ਰਿਤਪਾਲ ਸਿੰਘ ਦੀ ਜਦੋਂ ਪੰਜਾਬ ਦੇ ਵਿੱਚ ਐਂਟਰੀ ਹੋਈ ਸੀ ਤਾਂ ਉਦੋਂ ਕਈ ਸਵਾਲ ਖੜ੍ਹੇ ਹੋਏ ਸੀ, ਹਾਲਾਂਕਿ ਹੁਣ ਤੱਕ ਵਿਰੋਧੀ ਨੇ ਕਈ ਸਵਾਲ ਖੜ੍ਹੇ ਕਰਦੇ ਨੇ, ਪਰ ਇੱਕ ਪੋਜ਼ਿਟਿਵ ਜਿਹੜਾ ਤੁਹਾਨੂੰ ਦਿਖਾਉਣਾ ਚਾਹਾਂਗੇ ਪੱਖ ਉਹ ਕੀ ਹੈ, ਜਿਹੜਾ ਅਸੀਂ ਆਪਣੀ ਅੱਖਾਂ ਨਾਲ ਦੇਖਿਆ, ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਰਿਆਂ ਨੂੰ ਦਿਖਾਈਏ, ਉਹ ਅੰਮ੍ਰਿਤਪਾਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਲੱਖਾਂ ਹੀ ਨੌਜਵਾਨਾਂ ਨੇ ਅੰਮ੍ਰਿਤ ਛਕੇ ਨੇ, ਤਾਂ ਇੱਕ ਸ਼ਖਸ ਆ ਜੋ ਸਾਨੂੰ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਮਿਲਿਆ, ਜਿਹਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇਖ ਕੇ ਅੰਮ੍ਰਿਤ ਛਕ ਲਿਆ, ਅੱਜ ਗੁਰੂ ਕਾ ਸਿੱਖ ਬਣ ਗਿਆ। ਇਹ ਉਹ ਵੀਰ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਪ੍ਰਭਾਵ ਅੰਮ੍ਰਿਤਪਾਲ ਸਿੰਘ ਦੇ ਇਹਨਾਂ 'ਤੇ ਪਿਆ, ਕੀ ਇਹਨਾਂ ਦੇ ਮਨ ਦੇ ਵਿੱਚ ਆਇਆ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਕੀ ਨਾਮ ਆ ਤੁਹਾਡਾ ਜੀ? ਮੇਰਾ ਨਾਮ ਸਤਨਾਮ ਸਿੰਘ ਆ ਜੀ, ਪਿੰਡ ਮੇਰਾ ਮਹੇਸਰੀ ਸੀ, ਸੰਧੂਆਂ ਅਤੇ ਜ਼ਿਲ੍ਹਾ ਮੋਗਾ ਜੀ। ਅਤੇ ਬਾਈ ਜੀ, ਅਸੀਂ ਤਾਂ ਕੋਲੋਂ ਲੰਘੇ ਜਾਂਦੇ ਸੀ, ਤੁਸੀਂ ਗੱਲਾਂ ਕਰਦੇ ਸੀ ਵੀ ਅੰਮ੍ਰਿਤਪਾਲ ਸਿੰਘ ਨੇ ਤੁਹਾਨੂੰ ਬਹੁਤ ਪ੍ਰਭਾਵਿਤ ਕੀਤਾ, ਕੀ ਪ੍ਰਭਾਵਿਤ ਕੀਤਾ ਵੀਰੇ? ਬਿਲਕੁਲ ਦਿਖ ਰਿਹਾ ਤੁਹਾਡੇ ਤੋਂ ਹਨਾ ਅੰਮ੍ਰਿਤ ਤੁਸੀਂ ਛਕ ਲਿਆ, ਅਤੇ ਅਸੀਂ ਚਾਹਾਂਗੇ ਦੋ ਸ਼ਬਦ ਉਸ ਗੱਲ ਬਾਰੇ ਦੱਸਿਓ ਜੀ। ਬਿਲਕੁਲ ਜੀ, ਮੈਂ ਜਾਣੀ ਕਿ ਅੰਮ੍ਰਿਤਪਾਲ ਵੀਰ ਜੀ ਦੇ ਨਾ ਇੰਟਰਵਿਊ ਜਿਵੇਂ ਹੁੰਦੀਆਂ ਸੀਗੀਆਂ ਅਤੇ ਮੈਂ ਮੋਬਾਈਲ 'ਤੇ ਦੇਖਦਾ ਹੁੰਦਾ ਸੀਗਾ, ਅਤੇ ਮੈਂ ਇੱਕ ਨੋਰਮਲ ਮੇਰੀ ਸੈਂਪਲ ਮੇਰੀ ਜ਼ਿੰਦਗੀ ਸੀਗੀ, ਜਿੱਦਾਂ ਕਿ ਮੈਂ ਕਟਿੰਗ ਕਰਾਉਂਦਾ ਸੀਗਾ ਅਤੇ ਮੁੰਡਿਆਂ ਦੇ ਵਿੱਚ ਰਹਿੰਦਾ ਹੁੰਦਾ ਸੀਗਾ ਮੈਂ, ਕਿਉਂਕਿ ਮੇਰੀ ਨਾ ਫੈਮਿਲੀ ਐਕਚੁਅਲੀ ਮੇਰੀ ਬਾਹਰ ਆ, ਮੇਰੀ ਸਾਰੀ ਕੈਨੇਡਾ ਦੇ ਵਿੱਚ, ਅਤੇ ਮੈਂ ਇਕੱਲਾ ਰਿਹਾ ਸੀਗਾ ਘਰ 'ਚ, ਅਤੇ ਮੇਰੀ ਸੰਗਤ ਜਿਵੇਂ ਸੀਗੀ ਮੁੰਡਿਆਂ ਦੇ ਨਾਲ ਸੀਗੀ ਬਹਿਣੀ ਉੱਠਣੀ, ਫਿਰ ਜਿਵੇਂ ਦਾਰੂ ਦੂਰੂ ਪੀ ਜਾਣੀ ਜਾਂ ਕੋਈ ਐਵੇਂ ਗਲਤ ਮਾੜਾ ਮੋਟਾ ਸ਼ਰਾਰਤਾਂ ਜਾਂ ਕਰੀ ਜਾਣੀਆਂ, ਜਾਣੀ ਨਸ਼ੇ ਪੱਤੇ ਤੋਂ ਲਾ ਲਈਏ, ਅਤੇ ਉਹਦੇ ਵਿੱਚ ਜਾਣੀ ਕਿ ਫਿਰ ਮੈਂ ਜਦੋਂ ਵੀਡੀਓ ਦੇਖੀਆਂ, ਫਿਰ ਮੈਨੂੰ ਲੱਗਿਆ ਕਿ ਯਾਰ ਆਪਾਂ ਉਹ ਜ਼ਿੰਦਗੀ ਤਾਂ ਸਾਰੀ ਆਪਾਂ ਬਤੀਤ ਕਰ ਹੀ ਚੁੱਕੇ ਹਾਂ, ਅਤੇ ਜਿਹੜੀ ਵੀਰ ਅੰਮ੍ਰਿਤਪਾਲ ਜਿਵੇਂ ਹੁਣ ਸਾਰਿਆਂ ਨੂੰ ਸਿੰਘ ਬਣਾ ਰਿਹਾ ਵਾ, ਹੁਣ ਜੋੜ ਰਿਹਾ ਵਾ, ਅਤੇ ਮੈਨੂੰ ਵੀ ਇਹ ਚੀਜ਼ 'ਚ ਆਉਣਾ ਚਾਹੀਦਾ ਵਾ, ਪਰ ਜਦੋਂ ਦਾ ਮੈਂ ਮਹਾਰਾਜ ਦੀ ਕਿਰਪਾ ਨਾਲ ਮੈਂ ਕਹੀਏ ਵੀਰ ਜੀ ਭੰਦੀ ਅੰਮ੍ਰਿਤਪਾਲ ਦੀ ਮੈਂ ਇੰਟਰਵਿਊ ਵੇਖੀਆਂ, ਵੀਡੀਓ ਦੇਖੀਆਂ, ਪਰ ਮੈਂ ਹੁਣ ਉਹਦਾ ਧੰਨਵਾਦ ਕਰਦਾ ਬਹੁਤ ਜ਼ਿਆਦਾ, ਕਿਉਂਕਿ ਮੇਰੀ ਜ਼ਿੰਦਗੀ ਇੰਨੀ ਕੁ ਜ਼ਿਆਦਾ ਮੇਰੀ ਵਧੀਆ ਬਣ ਗਈ ਨਾ ਹੁਣ ਬਹੁਤ ਜ਼ਿਆਦਾ, ਕਿਉਂਕਿ ਹੁਣ ਅੰਮ੍ਰਿਤ ਛਕਿਆ, ਇੱਕ ਤਾਂ ਹੁਣ ਅੰਮ੍ਰਿਤ ਛਕਣ ਨਾਲ ਮੇਰੀ ਇੱਜ਼ਤ ਬਹੁਤ ਬਣ ਗਈ ਆ, ਜਿਹੜਾ ਮੈਨੂੰ ਨਹੀਂ ਵੀ ਬੁਲਾਉਂਦਾ ਸੀਗਾ ਹੁਣ ਮੈਨੂੰ ਉਹ ਵੀ ਮੈਨੂੰ ਬੁਲਾਉਣ ਲੱਗ ਗਿਆ, ਸਾਰੇ ਗੁਰਫਤਿਹ ਮੈਨੂੰ ਕਰਨ ਲੱਗ ਗਏ ਆ। ਜਦੋਂ ਅੱਗੇ
मैं हुंदा सीगा अगे मैं कोल दी लंघ जाणा, मैनू किसे नहीं कोई नहीं बुलाउंदा सीगा। ते इह जाणी अंबर छकन नाल मेरी इन्नी कु इज्जत बनी आ ते बस मैं हुण अमृतपाल वीर जी दा की देण दे सकदा वां। मैं तां बादी जिंदगी वी लेखे लद गई भांदी उहदे नाल, मैं उह फिर वी नहीं कर्ज तार सकदा कि मैनू उहने सही रस्ते च पाता। बस उहने जो वी पर मैं गल कहिंदा बहुत वधिया उह विचार दिंदा वां, क्योंकि नौजवानी हुण पता ही आपां नूं गलत संगत च जांदी पई आ बहुत ज़्यादा। तो मैं कहना बहुत ज़्यादा मुड़ भी आए आ उहनूं देख के, उहदे विचार सुण के, क्योंकि बई जी उह कोई ज़्यादा कोई गलत पासे नहीं ला रहा। कि जे कोई चंगे काम नहीं ला रहा जां मुंडियां नूं नशे पत्तियां तों रोक के सही पासे ला रहा, तो मैं कहना कोई गुनाह नहीं गा। पर मैं आपदी मिसाल आ, मैं होर किसे नूं कोई कहिंदा नहीं गा कि मेरी जिंदगी इन्नी कु वधिया बन गई आ, बहुत ज़्यादा वधिया, क्योंकि मैं हुण ना तां किसे शराबी कोले खड़दा वां ना कोई हुण मेरे कोल। पहली गल मेरे कोल जिहड़े मुंडे सी ना जिहड़े मेरे यार दोस्त सीगे सारे मेरे तो हुण कन्नी कतरा गए आ जिहड़े गलत सीगे। हुण मैं जिवें गुरू दा सिख बन गया, मैं कहना कोले नहीं आउंदे हुण मेरे ना, मैं तां उहनां दे कोले जाणा की आ। तो बाकी शराब शरूब का तो हुण एवें कि वेख देखण दिल भी नहीं करता गा, ना ही मेरे कोल शराबी हुण कोले आउंदा वा। बहुत वधिया चंगे चंगे बंदियां नाल हुण खड़नी उठनी जाने कि इज्जत बन गई बहुत ज़्यादा। मैं तो बस यही कहना चाहुंदा वा कि गुरू दे सिख बनो तो गलत काम आपदे छड़ दो सारे। तो बाकी दूजी जिंदगी मैनू वैसे चलो कहने पर मैं उस आ वधिया बहुत सोहनी लग रही है जिंदगी। कई अपने दोस्तों मित्रों बैठते सी हुण भी, चलो कोई ना कोई दोस्त होंगे जो अपना खास नाल दोस्तों मित्रों भी तो प्रभाव पिया होगा, हो सकता उन्होंने घर का भी कहें हूँ भी देख भाई थोड़े नाल का मुंडा सी अमृत छक लिया, तुम कदों घर मुड़ोंगे। हाँ जी हाँ जी, नहीं नहीं भी गल ठीक है जी। वैसे ना जिवें हुण मैं अमृत छकिया पर जिवें हुण मेरे चल दोस्त तो भाई कन्नी कतराउंदे वैसे हजे मन बना रहे आ। बाकी उन्होंने जिहड़े माँ प्यो आ उन्होंने जिवें मम्मी उन्होंने घर दे उन्होंने वो मैनू वैसे वो कई बार रोक के मैनू कहिंदे आ कि साडा भी मुंडा नाल इहनू भी समझा दे इहनू भी सिंघ बना ला तू। तो बाकी चलो मैं कह दिंदा कि जदों महाराज की कृपा हुई कोई गल नहीं, बस इहने भी अपने आप ही गुरु का सिंघ बन सज जाना इहने। तो बाकी चलो हुण वैसे हजे दो तीन मेरे यार दोस्त है वैसे तैयारी कर रहे हैं, वेखो कदों कृपा होंगी उन्होंने भी। वैसे जिम्मे दसते हो कि तुहाडे घर के बाहर रहिंदे ने, उन्होंने जो पता लगे हो वो भी बड़े खुश होए होणगे। मैं क्या जी, मैं ना वीडियो कॉल की उन्होंने, मैं वीडियो कॉल की, मैं ना रात के मेरे बजे होणगे घट तो घट 11-12 बजे होने, मेरा कोई मन नहीं सीगा कोई मूड नहीं सी अमृत छकन का। तो जो मैं उसकी वीडियो देखता हूँ पर कदे जाने कि लू कंडा खड़ा हो जाता स्पीचा सुनता स, मेरा ना दिल करता यार मैं सिंह सजा कि यार मैं आह जिंदगी कोई फायदा नहीं गा, क्योंकि ना सारे कोई इज्जत भी है नहीं कि मैं हुण वो गल करदा, क्योंकि हुण मैनू जीवन दे विच मैनू इज्जत बहुत ज़्यादा मैनू मिल रही है। उहदे विच की आ जदों मैं उन्होंने घरदियां नूं मैं फोन लाया, मैं बाहर मैं उन्होंने आख्या कि भाई मैं सिंह सजन जा रहा वां, उदों अपने अमृतसर साहिब हरिमंदर साहिब दे विच अमृत छकाया सी उन्होंने, उदों काफ़ी सिंह सीगे हज़ारां दी गिनती च जदों मैं छकिया सीगा, उत्थे अमृतपाल वीर जी भी आए सीगे। तो जो मैं आपके कनेडा से कॉल की, जो मैं फिर उन्होंने मैं दसाया कि मैं सिंह सजन जा रहा वा, पहला उन्होंने सच नहीं मनिया सी कि नहीं तू झूठ बोलता पाया। मैं कहा नहीं मैं सच बोलता कि दसो मैं सिंह सजा कि अमृत मैं छक लं, क्योंकि मैं फिर भी माँ प्यो का किरा आग्या लैनी होंगी है, पर मन तो चलो मेरा सी गई तो मैनू आए थे माँ मेरी चलो मैनू कह दे कि छक ला, फिर उदू हौसला हो जाता। तो जो माँ को मैं दसिया वीडियो कॉल तो माँ पहला मेरा विश्वास नहीं मानती सी, तो जो मैं उन्होंने आख्या कि नहीं माँ मैं सच्ची मैं छकना माँ मैं छक लैन तो मेरी जिंदगी भी नहीं बदलती है बदली जाऊगी तो मैनू जान दे। माँ फिर इन्ना खुश हुई, माँ कहती चल तू जा, तू कहती अंबर छक के आ तू। फिर मैं जिन्हों भी फोन लाव, फिर मैं किसी यार दोस्त लाव, मैं भरावान लाव, इन्होंने सारे ने फिर मैंने हौसला दिता कि तू छक भी छक। फिर मैं इन्ना का हौसला हो गया, फिर मैं पिछा फिर मैं मुड़ के नहीं देखा, फिर मैं मैं सिंह ही सजना बस सिंह सज के घर आया, फिर मैं आपका रूप दिखाया, फिर मैं फोटोआं पाइया फिर वक्ते, फिर मैंने जाने कहा कि बहुत उद ही मैं महसूस हो गया कि सुनाम सिंह तेरी हम इज्जत बानी तेरी शुरू हो गई है कि जीवन तेरा बदल गया वह पहले दिन ही महसूस हो गया। वैसे मैंने जो मैं सिंह सज के आया रास्ते दे फतेह बुलाया शुरू करती लोगों ने, तो जो मैं अगे लंघता कोई बुला नहीं बस उद ही महसूस हो गया कि जीवन यह वधिया कोई दूसरा जीवन वैसे एवं कोई फायदा नहीं। हाँ ठीक है जेडे मुंडे कुछ जिमें कह दिए दारू तो दूर आ जां कोई माड़ियां कोई संगतां तो दूर आ, वो ठीक है मुंडे चल वधिया चलो आई नहीं गल की, पर जिहड़े माड़े आवें मुंडियां दे यारियां दोस्तियां दे चक्करां च फिरदे है ना वो सारा गलत आ फेक आ, वो जिंदगी तबाह करनी आ। वो कोई यार दोस्त मित्र ने कोई नाल नहीं खड़ता, सिर्फ वो खाण पीन के लालचा जी यार दोस्त बने रहिंदे आ। मैं कहना वो जिंदगी बेकार आ, वो जिंदगी जे किसी की हैगी आ ते बई आपदा ना सारा कुछ छड्ड के ना आपदा उहनूं ते आपदा ना जीवन आपदा बदल कर लो, आपदा जाने कि सिंह साजो बहुत वधिया चंगे रहो।
कहूंगे बस मेरा। अच्छा वीरे लोग कई होंगे ने कई तो रब न भी माड़ा कही जाने चाहे बंदा जिन्ना मर्जी चंगा हो पर एक दो बंदा यह होंगे जरा माड़ा चंगा बोलते ही रहता है हो सकता तो बारे भी कोई पहला माड़ा कोई माड़ा बोलता हो अमृत छकन तो बाद भी चंगा कह लग गया होगा ना नहीं चंगा चंगा भी कहें वीरे वैसे पर हजे कई बंदे है कई अमृत छक के भी मैनू हजे कई बंदे मैनू हजे हजे भी वैसे कई माड़ा बोलते पे आ कि उन्होंने आए हैं कि यार इन्हें अमृत छक लिया इन्हें यार छकना नहीं गा वह बिच बिच गल करते फेसबुक से लाइव हो जाते जिम्मे कई बार वैसे पोस्टा पाते पर मैनू टैग कर देंगे पर मैं पता लग जाता मैनू कि यह कि हिट करते पे आने के कह दिए कह देंगे कि अमृत छक लिया वैसे इन्हें बस महीने दो महीने की गल होनी है बस कोई नहीं अमृत छकना कहता कोई बहुत सौखा तो है पर नवाना बहुत औखा है ते बाकी चलो मैं तो वैसे यही रब अगे कहना कि मैं हम छाक लिया मैं आपके मन ना क्योंकि मैनू बई जी किसी ने धक्का नहीं किया मेरे नाल मैनू किसी ने आख्या नहीं कि तू अंबर छाक क्योंकि मेरी आपकी रूह मेरी मनी सी मेरी आपकी आत्मा मनी सी कि बई चल उठ निकल इतों आपका कलयुग तो दूर हो तो आपका सिंह सज मैं कहना बई जी मेरा बहुत वधिया जीवन आ बस अंबर छाक के ना मैं बस परमात्मा का ना मैं दे नहीं दे सकता कि मैनू ना उन्हें गलत पासे तो मैंने सही रास्ते मैं मोड़ लिया उन्हें टाइम नाल ही हजे हजे मेरा कुछ नहीं विगड़िया भाई हजे स्टार्टिंग ही सी मान ला जिवें कह दिए आप फिल्म का ट्रेलर ही सीगा हुण जानी कह दिए मेरी फिल्म जी कि भाई शुरू हो गई पर सिंह सज के मैं रब की मैं इन्नी कि मैं कहना वा कि मैं श्री साहब आ चलो जो भी चलो तुहाडा इंटरव्यू करदा इनू पिछे नहीं मुड़ता बई जी हूँ मैं जानी कह दी हूँ नभाऊंगा आपका सिर तर पूरा वधिया बाकी मेरे इन्हों भरावान बापू सारे का इन्हों हौसला वा चल मेरा नाल संजोग आ तो बस मैं तो एक यही कहना वा कि आपका गलत संगतों को छड़ के बई आपका सिंह सज वधिया गल है यार बाकी आ मोर्चे आन के इतने घर बैठे चलो मोर्चे तो इतने आओ आन के बैठो इतने यार साथ दो तो अपने बंदी सिंह आ यार उन्होंने भी आप बाहर कढ़वाइए किन्ने किन्ने साल हो गए वह भी अंदर आ ते बाकी चलो हम मैं तो यही कहना चाहता बहुत बहुत मेहरबानी भीरे साडा दिल खुश हो गया तुहाडी गल सुन के मैं बहुत ध्यान नाल तुहाडी इक गल सुनी है तो उम्मीद है तुहानू सुन के उन्हां लोकां नू भी पता लगूगा जिहड़े अमृतपाल सिंह नू माड़ा चंगा बोलते हैं तो कुछ लोग इहो जिहे ने कि जिहड़े मतलब माड़ा भी नहीं सोचते चंगा भी नहीं सोचते उन्हां दे मन च शक आ कि इमेज किहो जी अमृतपाल सिंह दी सो इहो जी इमेज आ इस तरीके गुरु दा सिंह बणाउंदा हो कोई माड़ी गल नहीं करदा सो वीर सतनाम सिंह दे नाल उन्हां दे परिवारक मैंबर भी आए ने इन्हां दे नाल भी गलबात करांगे कि इह पहलां की सोचते सी हुण की सोचते ने भाई सति श्री अकाल बहुत स्वागत है जी मैं जी सतपाल सिंह पिंड गुरु जिला मोगा तो यह जिहड़ा नौजवान हैगा सतनाम सिंह मेसरी तो यह निक्का जिहा हुंदा बच्चा है मेरे नाल अटैचमेंट सीगा मैं भी कुछ अठ साल बाहर चला गया सीगा उस तो बाद इत्थे आए हैं ये बच्चा पहला बड़ा शरारती सीगा इहदे मम्मी डैडी कनेडा दे विच चले गए सीगे मैं बड़े टाइम तो जानदा सीगा जिते भी कितें कोई लड़ाई झगड़े की गल हुंदी सी जां कितें नशे की गल हुंदी सी कुते भी गल हुंदी सी जिते भी कितें इहनूं फोन लाउणा इन्हें कहना मैं दस बंदे लेके आउंदा जां 20 नौजवान लैके लड़ाई दे अगे आ जांदा सीगा इन्ना कि ना जिहड़ा पिंड दे विच ते आसे पासे थोड़े बदनाम करन लग पए जी शरारती आ जी ये नशेई आ पर जिद्दे ते अमृतपाल दरबार साहब आया सीगा उत्ते इन्हें वीडियो लाइव होके पाई तो मैं जो इहदी फेसबुक ते तरके जां इहदी वीडियो वेखी मैं कहता सतनाम सिंह ने पाई आ उस वक्त वीडियो मेरी देखते 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 मैनू टैलीफोन आ गया कहिंदा बाबा जी मैं अमृत छकन चलिया मैं कहा तू चलिया कहिंदा हाँ मैं चलिया मैं कहा तैनू किवें पता लग गया चीज़ का कहिंदा जी मैं अमृतपाल की वीडियो सुनी सी उहदे कहिंदे अज दरबार साहब ने फैमिली समेत चलिया मैं कहा पिछे ना वेख हुण उत्थे ही चल जाके ये दरबार साहब पहुँच के इन्हें अमृत छकिया अमृत छक के इन्हें फिर मैनू टैलीफोन लाया भी मैं गुरु का सिंह बन गया फिर ये सिंह सज के मेरे को घर आया फिर इन्हू घर आ के इनू आ जो श्री साहब आ श्री साहब इनू सत्कार वजो इन्हें सन्मान किया ये कहता मैं श्री साहब 24 घंटे नाल रखूँगा मैं लाज नहीं लगन दिता भी जिहड़े लोग पिंड वाले तो आसे पासे कुछ रिश्तेदार कहिंदे सी भी कोई नहीं इहदा महीने खंड दी आ दो महीनिया नू भी इह जे बंदे ला दिंदे हुंदे जी अमृत तों बेबुक हो जाणगे पर इन्हें पढ़न कर लिया भी मैं इस नू सिरे तक नभा के दसूँगा भी अमृतपाल दे पाए हुए पूरनिया ते गुरु दे पाए हुए पूरनिया नू लाज नहीं लगन दिता ते अज मैनू ये चार दिन हो गए कहिंदे नू भी आपां कौमी इंसान मोर्चे च बंदी सिंघां दे मोर्चे च जाणा मैं इहनू वेखदा सी भी चल कितें खिसकदा मैं कहा भी अज टाइम नहीं आपणे कोले अज टाइम नहीं फिर जावांगे पर तड़के अज सुबह 7 वजे फैमिली नू बिठा के मेरे घरे गड्डी लै के आया कहिंदा बाबा जी गड्डी मेरी तेल भी मेरा तों विच बैठा आपां मोर्चे च जाणा गड्डी लैके इत्थे आया हुण इतों असीं मंग करदे हां भी सारे जिन्ने भी नौजवान इहनू वेख के
अज अमृतपाल के कहते जे अमृत छकिया जे उंगलियां टिप्पणियां करते भाई अमृतपाल सिंह भी ये सरकार का बंदा ये एजेंसियों का ये भाजपा का उन्होंने पता लग गया भी जे आपदे आप अखौती लीडर बने फिरते झूठे बकावे पा के भी उन्होंने चलनिया दुकाना बंद करती अज अमृतपाल नौजवान के दिलों की धड़कन बढ़ गया नशियां दे विचों बाहर कढ़ के जिहोजा नौजवान लीडर भालदे सीगे उहोजा लीडर नौजवान नूं मिल गया जिहोजी सोच भालदे सी ਉਹ ਜੀ ਸੋਚ ਮੁਤਾਬਕ ਅੱਜ ਅੰਮ੍ਰਿਤਪਾਲ ਲੀਡਰ ਆ ਸਾਰਾ ਨੌਜਵਾਨ ਉਹਦੇ ਨਾਲ ਆ ਜਿੱਧਰ ਨੂੰ ਅੰਮ੍ਰਿਤਪਾਲ ਕਹੂਗਾ ਅਸੀਂ ਸਾਰਾ ਨੌਜਵਾਨ ਉਹਦੇ ਨਾਲ ਚੱਲਾਂਗੇ ਠੀਕ ਹੈ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਜੀ ਸੋ ਬਾਪੂ ਜੀ ਅਸੀਂ ਦੋ ਗੱਲਾਂ ਤੁਹਾਡੇ ਨਾਲ ਵੀ ਕਰਨੀਆਂ ਚਾਹਾਂਗੇ ਜੀ ਬਿਲਕੁਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਪੂ ਜੀ ਵੀਰ ਜਿਹੜਾ ਹੈਗਾ ਉਦਾਹਰਨ ਤੁਹਾਡੀਆਂ ਅੱਖਾਂ ਦੇ ਮੂਹਰੇ ਖੜਾ ਤੁਸੀਂ ਵੀ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਥੋੜੀ ਗੱਲਬਾਤ ਮੇਰੇ ਕੰਨਾਂ ਦੇ ਵਿੱਚ ਪਈ ਮੈਨੂੰ ਲੱਗਿਆ ਕਿ ਵਾਕਈ ਇਹ ਚੰਗੀ ਗੱਲ ਹੈ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਅਮਰਿਤਪਾਲ ਸਿੰਘ ਬਾਰੇ ਜਿਹੜੇ ਮਾੜਾ ਚੰਗਾ ਬੋਲਦੇ ਨੇ ਕੋਈ ਹੋਣਗੇ ਵਿੱਚ ਉਹਨਾਂ ਵਾਸਤੇ ਇਹ ਵੀਰ ਉਦਾਹਰਨ ਹੈ ਕਿ ਦੇਖ ਲਓ ਅਮਰਿਤਪਾਲ ਸਿੰਘ ਇਹੋ ਜਿਹੇ ਸਿੰਘ ਸਜਾਉਂਦਾ ਸੋ ਬਾਪੂ ਜੀ ਅਮਰਿਤਪਾਲ ਸਿੰਘ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਜਗਜੀਤ ਸਿੰਘ ਖੋਸਾ ਪਿੰਡ ਖੋਸਾ ਦੀ ਜ਼ਿਲ੍ਹਾ ਮੋਗਾ ਕੁਝ ਉਹ ਹੁੰਦੇ ਆ ਜੋ ਚੱਲਦੇ ਸਮੇਂ ਕੇ ਸਾਥ ਸਾਥ ਉਹ ਹੁੰਦੇ ਆ ਜੋ ਸਮੇਂ ਕੋ ਬਦਲ ਦਿੱਤੇ ਹੈ ਅਕਾਲ ਪੁਰਖ ਪਰਮਾਤਮਾ ਸਮੇਂ ਮੁਤਾਬਕ ਕੁਛ ਨਾ ਕੁਛ ਇਹੋ ਜਿਹੇ ਲੋਕਾਂ ਦੀਆਂ ਡਿਊਟੀਆਂ ਲਾਉਂਦੇ ਆ ਇਹੋ ਜਿਹੇ ਫਰਿਸ਼ਤਿਆਂ ਨੂੰ ਧਰਤੀ ਤੇ ਭੇਜਦੇ ਹੈਗੇ ਆ ਜਿਹੜਾ ਲੋਕਾਂ ਦਾ ਜੀਵਨ ਬਦਲ ਦਿੰਦੇ ਆ ਉਦਾਂ ਹੀ ਇੱਕ ਕਵਰਪਾਲ ਅੰਮ੍ਰਿਤਪਾਲ ਸਿੰਘ ਜਿਹੜਾ ਬੱਚਾ ਸਾਡਾ ਉਹਨੇ ਆਣ ਕੇ ਨੌਜਵਾਨੀ ਦਾ ਜਿਹੜਾ ਜੀਵਨ ਬਦਲਿਆ ਹੈਗਾ ਵਿਗੜੀਆਂ ਤਿਗੜੀਆਂ ਜਿਹੜੀਆਂ ਰੂਹਾਂ ਸੀਗੀਆਂ ਜਿਹੜੇ ਨੌਜਵਾਨ ਸੀ ਸਾਡੇ ਜਿਹੜੇ ਗਲਤ ਸੰਗਤ ਦੇ ਵਿੱਚ ਪਏ ਹੋਏ ਸੀਗੇ ਨਸ਼ਿਆਂ ਪੱਤਿਆਂ ਵਿੱਚ ਪਏ ਹੋਏ ਸੀਗੇ ਉਸ ਨੌਜਵਾਨ ਨੇ ਸਾਰਿਆਂ ਨੂੰ ਫੜ ਕੇ ਇੱਥੇ ਸਿੱਧੇ ਰਸਤੇ ਲਾਇਆ ਅਸੀਂ ਅਕਾਲ ਪੁਰਖ ਅੱਗੇ ਬੇਨਤੀ ਅਰਦਾਸ ਕਰਦੇ ਹਾਂਗੇ ਸੱਚਾ ਪਾਤਸ਼ਾਹ ਇਹੋ ਜਿਹੇ ਨੌਜਵਾਨ ਜਿਹੜੇ ਹੈਗੇ ਆ ਇਹਨਾਂ ਦੀ ਸਾਨੂੰ ਲੋੜ ਹੈਗੀ ਆ ਜਿਹੜੇ ਨੌਜਵਾਨ ਸਿੱਧੇ ਰਸਤੇ ਪਾਉਣ ਉਹਨਾਂ ਵਿੱਚ ਜਿਹੜਾ ਅੰਮ੍ਰਿਤਪਾਲ ਸਿੰਘ ਹੈਗਾ ਅੱਛਾ ਬਾਪੂ ਜੀ ਜਦੋਂ ਅੰਮ੍ਰਿਤਪਾਲ ਸਿੰਘ ਦੀ ਐਂਟਰੀ ਹੋਈ ਸੀ ਉਦੋਂ ਦਾ ਹਰ ਇੱਕ ਬੰਦਾ ਇੱਕ ਵਾਰੀ ਦੁਚਿੱਤੀ 'ਚ ਪਿਆ ਸੀ ਕਿ ਕਿਵੇਂ ਦਾ ਹੋਵੇਗਾ ਨਾ ਤੁਹਾਨੂੰ ਜਿਵੇਂ ਅੰਮ੍ਰਿਤਪਾਲ ਸਿੰਘ ਬਾਰੇ ਪਤਾ ਲੱਗਿਆ ਜਾਂ ਤੁਹਾਨੂੰ ਕਿਸੇ ਨੇ ਉਹਦੇ ਬਾਰੇ ਦੱਸਿਆ ਹੋਊਗਾ ਨਾ ਤਾਂ ਤੁਸੀਂ ਕੀ ਕਹਿੰਦੇ ਸੀ ਲੋਕਾਂ ਨੂੰ ਕੀ ਗੱਲਾਂ ਹੁੰਦੀਆਂ ਸੀ ਆਪਸ ਦੇ ਵਿੱਚ ਕਿਸੇ ਨੇ ਤਾਂ ਪੁੱਛਿਆ ਹੋਊਗਾ ਨਾ ਤੁਹਾਡੇ ਦਿਲ ਦੀ ਗੱਲ ਕਿ ਤੁਹਾਨੂੰ ਕਿਹੋ ਜਿਹਾ ਲੱਗਦਾ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਬਾਰੇ ਤਾਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਲੋਕ ਵਿੱਚ ਹੁੰਦੇ ਆ ਉਹੋ ਜਿਹੇ ਲੋਕ ਹੁੰਦੇ ਆ ਉਹਨਾਂ ਦੇ ਮਾਈਂਡ ਹੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦਾ ਕੰਮ ਹੀ ਹੁੰਦਾ ਵੀ ਹਰ ਇੱਕ ਨੂੰ ਨਿੰਦਣਾ ਭੰਡਣਾ ਹੁੰਦਾ ਅੱਜ ਵੀ ਬਹੁਤ ਇਹੋ ਜਿਹੇ ਇਨਸਾਨ ਹੈਗੇ ਆ ਧਰਤੀ ਦੇ ਉੱਤੇ ਜਿਹੜੇ ਕਿ ਅੰਮ੍ਰਿਤਪਾਲ ਦੇ ਉੱਤੇ ਟੀਕਾ ਟਿੱਪਣੀਆਂ ਵੀ ਕਰਦੇ ਹੈਗੇ ਆ ਏਜੰਸੀਆਂ ਦਾ ਬੰਦਾ ਵੀ ਕਹਿੰਦੇ ਇੱਥੋਂ ਤੱਕ ਵੀ ਕਹਿੰਦੇ ਆ ਕਿ ਅੰਮ੍ਰਿਤਪਾਲ ਸਿੰਘ ਜਿਹੜਾ ਹੈਗਾ ਏਜੰਸੀਆਂ ਦਾ ਬੰਦਾ ਹੈਗਾ ਪਰ ਮੈਨੂੰ ਇਹ ਨਹੀਂ ਲੱਗਦਾ ਹੈਗਾ ਵੀ ਇਹਨਾਂ ਲੋਕ ਐਡੇ ਬਦਦਿਮਾਗੇ ਕਿਉਂ ਹੈਗੇ ਆ ਵੀ ਜਿਹੜੀ ਸਾਰੀ ਚੀਜ਼ ਦਿਸ ਰਹੀ ਅੱਜ ਹਕੀਕਤ ਆ ਅਤੇ ਉਹ ਹਕੀਕਤ ਨੂੰ ਵੇਖ ਕੇ ਵੀ ਇਹ ਲੋਕ ਅੱਖਾਂ ਬੰਦ ਕਰਕੇ ਅਤੇ ਜਿਹੋ ਜਿਹਾ ਇਹਨਾਂ ਦੇ ਮੂੰਹ ਆਉਂਦਾ ਹੈਗਾ ਕੱਢਦੇ ਹੈਗੇ ਆ ਜਿਹੜੀਆਂ ਗੱਲਾਂ ਇਹ ਠੀਕ ਨਹੀਂ ਹੁੰਦੀਆਂ ਗੀਆਂ ਜੇ ਕੋਈ ਸੁਧਾਰ ਕਰ ਰਿਹਾ ਹੈਗਾ ਕੌਮ ਦਾ ਕੌਮੀਅਤ ਦਾ ਪੰਥ ਦੀ ਗੱਲ ਕਰਦਾ ਹੈਗਾ ਅਤੇ ਉਹਦੇ ਨਾਲ ਸਹਿਯੋਗ ਕਰਨਾ ਚਾਹੀਦਾ ਨਾ ਕਿ ਉਹਦਾ ਨਿੰਦਿਆ ਪ੍ਰਾਪੇ ਕੰਡਾ ਕਰਨਾ ਚਾਹੀਦਾ ਇਹ ਗਲਤ ਹੈਗਾ ਬਹੁਤ ਬਹੁਤ ਮਿਹਰਬਾਨੀ ਬਾਪੂ ਜੀ ਬਾਈ ਜੀ ਜੀ ਬਾਕੀ ਆਪਾਂ ਐਂਡ ਦੇ ਅੱਗੇ ਇਹੀ ਗੱਲ ਕਹਾਂਗੇ ਕਿ ਅੰਮ੍ਰਿਤਪਾਲ ਜਿੰਦਾਬਾਦ ਸੀ ਜਿੰਦਾਬਾਦ ਰਹੂਗਾ ਜਿੰਦਾਬਾਦ ਹੈ ਬਾਕੀ ਅੰਮ੍ਰਿਤਪਾਲ ਨੂੰ ਜੋ ਲੰਡੀ ਬੁੱਚੀਆਂ ਜਿਹੜੀਆਂ ਬੋਲਦੀਆਂ ਬੋਲੀ ਜਾਣ ਦੇ ਕੋਈ ਪਰਵਾਹ ਨਹੀਂ ਗੀ ਬਾਕੀ ਬਾਈ ਸਿੰਘ ਹੁਣ ਸੱਜ ਗਏ ਹਾਂ ਅਸੀਂ ਅੰਮ੍ਰਿਤਪਾਲ ਵੀਰ ਦੇ ਨਾਲ ਹਾਂ ਸਾਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਗੀ ਬਾਕੀ ਬਾਈ ਜੀ ਬਾਕੀ ਇੱਥੇ ਹੁਣ ਹੋਰ ਵੀ ਨਾਲ ਨੌਜਵਾਨ ਜੋੜਨਗੇ ਬਸ ਲਾਸਟ ਤੇ ਇਹੀ ਆ ਜਿੰਦਾਬਾਦ ਅੰਮ੍ਰਿਤਪਾਲ ਵੀਰ ਜਿੰਦਾਬਾਦ ਬਸ ਬਿਲਕੁਲ ਬਿਲਕੁਲ ਬਹੁਤ ਮਿਹਰਬਾਨੀ ਬਾਈ ਜੀ ਜਿਹੜੇ ਕਹਿੰਦੇ ਸੀ ਕਿ ਅੰਮ੍ਰਿਤਪਾਲ ਕੌਣ ਹੈ ਅੰਮ੍ਰਿਤਪਾਲ ਕਿਹੋ ਜਿਹਾ ਤਾਂ ਉਹਨਾਂ ਨੂੰ ਦਿਖਾ ਦਿੰਦੇ ਅੰਮ੍ਰਿਤਪਾਲ ਇਹੋ ਜਿਹਾ ਜਿਹੜਾ ਵਿਗੜੇ ਤਿਗੜਿਆਂ ਨੂੰ ਸਿੱਧੇ ਰਾਹ ਪਾਉਂਦਾ ਇਹ ਵੀਰ ਨੇ ਆਪਣੇ ਜਵਾਨੀ ਦੱਸਿਆ ਕਿ ਮੈਂ ਦਾਰੂ ਪਿਆਲਾ ਪੀ ਲੈਂਦਾ ਸੀ ਇੱਕ ਦੋ ਬੰਦਿਆਂ ਨਾਲ ਬੈਠਦਾ ਉੱਠਦਾ ਸੀ ਜਿਹੜੇ ਕਿ ਮਾੜੀ ਸੰਗਤ ਦੇ ਵਿੱਚ ਸੀ ਸਾਰਿਆਂ ਨੇ ਛੱਡਤਾ ਜੀਵਨ ਸਫਲ ਹੋ ਗਿਆ ਸਵਰਗ ਦੇ ਰਾਹ ਵੀਰ ਪੈ ਗਿਆ ਸੋ ਉਮੀਦ ਹੈ ਵੀਡੀਓ ਚੰਗੀ ਲੱਗੀ ਹੋਵੇਗੀ ਸੰਦੇਸ਼ ਚੰਗਾ ਲੱਗਿਆ ਹੋਵੇਗਾ ਸੋ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ ਮਨਪ੍ਰੀਤ ਗਿੱਲ ਫੈਕਟ ਨਿਊਜ਼ ਚੰਡੀਗੜ੍ਹ